300 ਰੁਪਈਆ ਜਾਂਦਾ ਬੋਤਲ ਦਾ ਰੁੜ 400 ਦਾ ਪੈਂਦਾ ਬਿੱਲੋ 40 ਕਿਲੋ ਗੁੜ 250 ਰੁਪਈਆ ਜਾਂਦਾ ਬੋਤਲ ਦਾ ਰੁੜ 400 ਦਾ ਪੈਂਦਾ ਬਿੱਲੋ 40 ਕਿਲੋ ਗੁੜ ਨਿਕਸ਼ੁਕ ਪਾ ਕੇ ਕਿਤੇ ਰੀਝ ਨਾਲ ਕੱਢੀ ਹੋਵੇ ਨਿਕਸ਼ੁਕ ਪਾ ਕੇ ਕਿਤੇ ਰੀਝ ਨਾਲ ਕੱਢੀ ਹੋਵੇ ਕਸਰਾਂ ਕੋਈ ਨੀ ਬਾਕੀ ਰਹਿੰਦੀਆਂ 400 ਦਾ ਗੁੜ ਜੱਟੀਏ ਨੀ 40 ਬੋਤਲਾਂ ਡਰੰਮ ਵਿੱਚੋਂ ਪੈਂਦੀਆਂ 400 ਦਾ ਗੁੜ ਜੱਟੀਏ ਨੀ 40 ਬੋਤਲਾਂ ਡਰੰਮ ਵਿੱਚੋਂ ਪੈਂਦੀਆਂ ਖਰਚਾ ਹਿਸਾਬ ਦਾ ਤੇ ਸ਼ਾਹੀ ਐ ਸਰੂਰ ਨੀ 150 ਦੇ ਆਗੇ ਨੇ ਸ਼ੁਹਾਰੇ ਤੇ ਅੰਗੂਰ।